ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗਰੂਪ ਤੇ ਅੱਜ ਮੈਂ ਤੁਹਾਡੇ ਲਈ ਪੰਜਾਬੀ ਦੀ ਕਲਾਸ ਦਾ 4th 파ਟ ਲੈ ਕੇ ਆਇਆ ਜੋ ਕਿ ਤੁਹਾਡੇ ਇਗਜ਼ਾਮ ਲਈ ਕਾਫੀ ਹੈਲਪਫੁਲ ਸਾਬਿਤ ਹੋਵੇਗਾ ਸੋ ਵੀਡੀਓ ਨੂੰ ਪੂਰਾ ਵੇਖਣਾ ਸ਼ੁਰੂ ਕਰਦੇ ਆ ਅੱਜ ਦੀ ਕਲਾਸ ਨੂੰ ਸਾਡਾ ਅਗਲਾ ਕੁਐਸਚਨ ਹੈ ਕਿਸ ਸਾ ਰਾਜਾ ਰਸਾਲੂ ਕਿਸ ਦੀ ਰਚਨਾ ਹੈ ਤਾਂ ਕਾਦਰਯਾਰ ਸੱਸ ਇਸ ਦਾ ਸਹੀ ਆਨਸਰ ਹੋਵੇਗਾ ਅਗਲਾ ਕੁਐਸਚਨ ਦਾ ਮੋਦਰ ਦੀ ਰਚਨਾ ਹੀਰ ਦਾ ਕਿੱਸਾ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਹੈ ਤਾਂ ਆ ਜੀ ਲਿਖੀ ਗਈ ਹੈ ਲਹਿੰਦੀ ਭਾਸ਼ਾ ਵਿੱਚ ਠੀਕ ਜੀ ਸਾਡਾ ਅਗਲਾ ਕੁਸ਼ਣ ਹੈ ਮਾਲਾ ਮਣਕੇ ਦਾ ਲੇਖਕ ਕੌਣ ਹੈ ਨਰਿੰਦਰ ਸਿੰਘ ਕਪੂਰ ਏਡਿਸ ਦਾ ਸਹੀ ਆਨਸਰ ਹੋਵੇਗਾ ਨੈਕਸਟ ਕੁਸ਼ਣ ਸ਼੍ਰੀ ਫਰਹਾਦ ਕਿਸ ਦੀ ਰਚਨਾ ਹੈ ਤਾਂ ਆ ਜੀ ਲਿਖੀ ਹੋਈ ਹੈ ਹਾਸ਼ਮ ਸਾਦੀ ਸ਼੍ਰੀ ਫਰਹਾਦ ਹਾਸ਼ਮ ਸਾਦੀ ਰਚਨਾ ਹੈ ਸਾਡਾ ਨੈਕਸਟ ਕੁਸ਼ਣ ਹੈਗਾ ਨਾਦਰ ਸ਼ਾ ਦੀ ਵਾਰ ਦਾ ਲੇਖਕ ਕੌਣ ਹੈ ਤਾਂ ਉਹ ਜੀ ਹਨ ਨਜਾਬਤ ਸਸਾ ਇਸ ਦਾ ਸਹੀ ਆਨਸਰ ਹੋਏਗਾ ਨੈਕਸਟ ਕੁਐਸਚਨ ਯੁਗ ਬਦਲ ਗਿਆ ਨਾਵਲ ਦਾ ਨਾਵਲਕਾਰ ਕੌਣ ਹੈ ਤਾਂ ਨਾਵਲਕਾਰ ਹਨ ਜੀ ਸੂਨ ਸਿੰਘ ਸਿੱਤਲ ਯੁਗ ਬਦਲ ਗਿਆ ਨੈਕਸਟ ਕੁਐਸਚਨ ਵਕਦੇ ਪਾਣੀ ਸਾਇਦ ਦਾ ਕਿਹੜਾ ਰੂਪ ਹੈ ਵਕਦੇ ਪਾਣੀ ਇੱਕ ਕਵਿਤਾ ਹੈ ਤਾਂ ਆਸਾਏ ਦਾ ਕਵਿਤਰੀ ਰੂਪ ਮਤਲਬ ਕਵਿਤਾ ਰੂਪ ਹੈ पानी दीवान सिंह कले की एक महत्वपूर्ण रचना है आप अगले क्वेश्चन दे चलते हाँ बर्फ दी अग नावल का नावलकार कौन है त जसवंत सिंह कंवल बर्फ़ दग दे नावलकार ने नैक्सट क्वेश्चन पानी कवि का कौन है लो जी क्वेश्चन आ गया दीवान सिंह काले पानी इसका आंसर होगा सही नैक्सट क्वेश्चन लाजवंती नामक कविता का कवि कौन है लाजवंत जी ਜਿਹੜੀ ਹੈ ਉਹ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਲਿਖੀ ਗਈ ਹੈ ਨੈਕਸਟ ਕੁਐਸਚਨ ਪੰਜ ਪਾਣੀ ਪੰਜ ਪਾਣੀ ਦੀ ਰਚਨਾਕਾਰ ਪੰਜ ਪਾਣੀ ਦਾ ਰਚਨਾਕਰ ਕੌਣ ਹੈ ਤਾਂ ਪ੍ਰੋਫੈਸਰ ਮੋਹਨ ਸਿੰਘ ਪ੍ਰੋਫੈਸਰ ਹੂੜਾ ਜੀ ਦਾ ਸਰ ਪ੍ਰੋਫੈਸਰ ਮੋਹਨ ਸਿੰਘ ਪੰਜ ਪਾਣੀ ਕਵਿਤਾ ਦੇ ਜਿਹੜੇ ਰਚਨਾਕਾਰ ਹੈ ਇਸ ਵਿੱਚ ਪੰਜਾਬ ਦੇ ਪੰਜ ਜਿਹੜੇ ਦਰਿਆਵਾਂ ਵਹਿੰਦੇ ਸੀ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਸਾਡਾ ਨੈਕਸਟ ਕੁਐਸਚਨ ਹੈ ਮਿਰਜ਼ਾ ਸਹਿਬਾ ਦਾ ਸਬੰਧ ਕਿਹੜੇ ਪ੍ਰਾਂਤ ਨਾਲ ਸੀ ਤਾਂ ਜਿਹੜੇ ਮਿਰਜ਼ਾ ਸਹਿਬਾ ਸੀ ਉਹ ਚੰਗ ਪ੍ਰਾਂਤ ਦੇ ਨਿਵਾਸੀ ਸੀ ਸਾਡਾ ਨੈਕਸਟ ਕੁਐਸਚਨ ਸੋਹਣੀ ਮਹਿਵਾਲ ਦਾ ਕਿੱਸਾ ਲਿਖਣ ਵਾਲਾ ਪਹਿਲਾ ਰਚਨਾਕਰ ਕੌਣ ਸੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸੋਹਣੀ ਮਹਿਵਾਲ ਦੇ ਉੱਪਰ ਕਿੱਸਾ ਲਿਖਿਆ ਸੀ ਉਹ ਸੀ ਫਜ਼ਲ ਸ਼ਾ ਨੈਕਸਟ ਕੁਐਸਚਨ ਸੂਬਾ ਸਿੰਘ ਦਾ ਸਬੰਧ ਕਿਹੜੇ ਖੇਤਰ ਨਾਲ ਸੀ ਤਾ ਸੋਭਾ ਸਿੰਘ ਇੱਕ ਚਿੱਤਰਕਾਰ ਸੀ ਤਾਂ ਉਹਨਾਂ ਦਾ ਸਬੰਧ ਚਿੱਤਰਕਾਰੀ ਨਾਲ ਹੋਵੇਗਾ ਨੈਕਸਟ ਕੁਐਸਚਨ ਸਭ ਤੋਂ ਜ਼ਿਆਦਾ ਇੱਜ਼ਤ ਬੇ ਕਿਸ ਪ੍ਰੇਮੀ ਦਾ ਨਾਂ ਸੀ ਤਾਂ ਇਸ ਦਾ ਆਨਸਰ ਹੈ ਮਹਿਵਾਲ ਮਹਿਵਾਲ ਦਾ ਜਿਹੜਾ ਪੁਰਾਣਾ ਨਾਂ ਸੀ ਉਹ ਸਭ ਤੋਂ ਜ਼ਿਆਦਾ ਇੱਜ਼ਤ ਬੇ ਸੀ ਅਸੇ ਮਹਿਵਾਲ ਤਬਾਚੇ ਬਣਿਆ ਸੀਗਾ ਨੈਕਸਟ ਕੁਐਸਚਨ ਹੀਰ ਰਾਂਝਾ ਦੀ ਮਜ਼ਾਰ ਕਿੱਥੇ ਸਥਿਤ ਹੈ ਤਾਂ ਹੀਰ ਰਾਂਝਾ ਦੀ ਮਜ਼ਾਰ ਹੈ ਜੀ ਚੰਗ ਵਿੱਚ ਸਥਿਤ ਹੈ ਅਸੀਂ ਨੈਕਸਟ ਕੁਐਸਚਨ ਲੈਂਦੇ ਆ ਸੋਹਣੀ ਮਹੀਵਾਲ ਦਾ ਸਬੰਧ ਕਿਹੜੇ ਦਰਿਆਨ ਨਾਲ ਸੀਗਾ ਤਾਂ ਸੋਹਣੀ ਮਹੀਵਾਲ ਸੀ ਜਿਹੜੇ ਉਹ ਚਨਾਬ ਦਰਿਆ ਨਾਲ ਸਬੰਧਤ ਸੀ ਉਹਨਾਂ ਦੇ ਜਿਹੜਾ ਨੇੜੇ ਦਰਿਆ ਵਹਿੰਦਾ ਸੀ ਗਰਾ ਉਹ ਚਨਾਬ ਸੀਗਾ ਤੇ ਨੈਕਸਟ ਕੁਐਸਚਨ ਕੱਚੇ ਕੋੜੇ ਕੜੇ ਦੀ ਘਟਨਾ ਕੱਚੇ ਕੜੇ ਦੀ ਘਟਨਾ ਕਿਸ ਪ੍ਰੇਮੀ ਜੋੜੀ ਨਾਲ ਸਬੰਧਿਤ ਹੈ ਤਾਂ ਆਹ ਜੀ ਘਟਨਾ ਸੋਹਣੀ ਮਹੀਵਾਲ ਦੇ ਹੀ ਨਾਲ ਸਬੰਧਿਤ ਹੈ ਨੈਕਸਟ ਕੁਐਸਚਨ ਤਿੱਦੋ ਕਿਸ ਅਮਰ ਪ੍ਰੇਮੀ ਦਾ ਮੁੱਢਲਾ ਨਾਂ ਸੀ ਤਾ ਜਿਹੜਾ ਤਿੱਦ ਤਿੱਦੋ ਸੀਨਾ ਉਹ ਰਾਂਝੇ ਦਾ ਪੁਰਾਣਾ ਨਾਂ ਸੀਗਾ ਰਾਂਝੇ ਨੂੰ ਦਾ ਜਿਹੜਾ ਮੁੱਢਲਾ ਨਾਂ ਸੀਗਾ ਉਹ ਤਿੱਦੋ ਹੀ ਸੀਗਾ ਤਾਂ ਇਹ ਈਡਿਸ ਦਾ ਸਹੀ ਅਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਹੀਰ ਰਾਂਝਾ ਕਿਸੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਹੀਰ ਰਾਂਝਾ ਜਿਹੜਾ ਕਿਸੇ ਉਹਦੇ ਵਿੱਚ ਵਿੱਚ ਝਨਾਬ ਦਰਿਆ ਦਾ ਜ਼ਿਕਰ ਕੀਤਾ ਗਿਆ ਤੇ ਉੱਤੇ ਆਪਾਂ ਕੀਤਾ ਸੀਗਾ ਸੋਹਣੀ ਮਹੀਵਾਲ ਉਹ ਵੀ ਝਨਾਬ ਦਰਿਆ ਨਾਲ ਸੰਬੰਧਿਤ ਸਨ ਨੈਕਸਟ ਕੁਐਸਚਨ ਸੱਸੀ ਪੁੰਨੂ ਦਾ ਸਬੰਧ ਕਿਹੜੇ ਖੇਤਰ ਨਾਲ ਸੀ ਸੱਸੀ ਪੁੰਨੂ ਜਿਹੜੇ ਸਿੰਧ ਦੇ ਜਿਹੜਾ ਪ੍ਰਾਂਤ ਸੀਗਾ ਨਾ ਉੱਥੇ ਉੱਥ ਦਾ ਇਹਨਾਂ ਦਾ ਸਬੰਧ ਸੀਗਾ ਤਾਂ ਇਹਦਾ ਆਨਸਰ ਹੋ ਜਾਏਗਾ ਸਿੰਧ ਦਾ ਸਿੰਧ ਦਾ ਪ੍ਰਾਂਤ ਮਤਲਬ ਜਿਹੜੇ ਸਿੰਧ ਜਿਹੜਾ ਦਰਿਆ ਸੀ ਨਾ ਉਸ ਦੇ ਆਸੇ-ਪਾਸੇ ਦਾ ਖੇਤਰ ਨੂੰ ਸਿੰਧ ਦਾ ਪ੍ਰਾਂਤ ਐ ਸਿੰਧ ਦਾ ਖੇਤਰ ਕਿਹਾ ਜਾਂਦਾ ਸੀਗਾ ਨੈਕਸਟ ਕੁਐਸਚਨ ਸੋਹਣੀ ਮਹਿਵਾਲ ਦਾ ਸਬੰਧ ਕਿਹੜੇ ਖੇਤਰ ਨਾਲ ਸੀ ਤਾਂ ਸੋਹਣੀ ਮਹਿਵਾਲ ਦਾ ਸਬੰਧ ਸੀ ਜੀ ਗੁਜਰਾਤ ਨਾਲ ਆਪਣਾ ਨੈਕਸਟ ਕੁਐਸਚਨ ਲੈਂਦੇ ਆ ਸਸੀ ਪੁੰਨੋ ਦਾ ਸਬੰਧ ਕਿਹੜੇ ਦਰਿਆ ਨਾਲ ਸੀਗਾ ਤਾਂ ਇਹਦਾ ਸਹੀ ਆਨਸਰ ਹੋ ਜਾਏਗਾ ਸਿੰਧ ਕਿਉਂਕਿ ਉਹ ਸਿੰਧ ਪ੍ਰਾਂਦੇ ਹੀ ਨੇੜੇ-ਤੇੜੇ ਵਸਦੇ ਸਨ ਤਾਂ ਉਹਨਾਂ ਦਾ ਸਿੰਧ ਦਰਿਆ ਨਾਲ ਹੀ ਉਹਨਾਂ ਦਾ ਸਬੰਧ ਹੈ ਨੈਕਸਟ ਕੁਐਸਚਨ ਮਹਿਵਾਲ ਦਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਮਹਿਵਾਲ ਦਾ ਅਰਥ ਹੈ ਜੀ ਮੱਝਾਂ ਚਾਰਨ ਵਾਲਾ ਤਾਂ ਉਹਦਾ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਪੰਜਾਬੀ ਕਿੱਸਾ ਕਵੀ ਦਾ ਮੋਢੀ ਸੀ ਤਾਂ ਜਿਹੜਾ ਪੰਜਾਬੀ ਕਿੱਸਾ ਕਵੀ ਦਾ ਮੋਢੀ ਆਪਾਂ ਕਿਹਨੂੰ ਮੰਨਦੇ ਆ ਦਾ ਮੋਦਰ ਨੂੰ ਠੀਕ ਹੈ ਦਮੋਦਰ ਜਿਹੜੇ ਅਕਬਰ ਦੇ ਟਾਈਮ ਦਾ ਸਹਾਇਕਾਰ ਸੀਗਾ ਨੈਕਸਟ ਕੁਐਸਚਨ ਲੈਂਦੇ ਆ ਪੰਜਾਬੀ ਸਾਹਿਬ ਦੀ ਪਹਿਲੀ ਪ੍ਰਮਾਣਿਕ ਵਾਰਤਕ ਰਚਨਾ ਕਿਹੜੀ ਹੈ ਤਾਂ ਪੰਜਾਬੀ ਸਾਹਿਬ ਦੀ ਪਹਿਲੀ ਜਿਹੜੀ ਮਾਨਤਾ ਪ੍ਰਾਪਤ ਵਾਰਤਕ ਰਚਨਾ ਹੈ ਉਹ ਪ੍ਰਾਤਨ ਜਨਮ ਸਾਖੀ ਤੁਸੀਂ ਸੁਣੀ ਹੋਵੇਗੀ ਗੁਰੂ ਨਾਨਕ ਦੇਵ ਜੀ ਤੇ ਆਧਾਰਿਤ ਉਹਨਾਂ ਦੇ ਜਨਮ ਉਹਨਾਂ ਦੇ ਜੀਵਨ ਤੇ ਆਧਾਰਿਤ ਹੈ ਗਿਆ ਤਾਂ ਆਪਾਂ ਨੈਕਸਟ ਕੁਐਸਚਨ ਲੈਂਦੇ ਆ ਗੁਰਮਤੀ ਕਵੀ ਤਾਰਾ ਦਾ ਮੋਢੀ ਕਵੀ ਕੌਣ ਹੈ ਕੌਣ ਸੀ ਗੁਰਨਾਨਕ ਦੇਵ ਜੀ ਗੁਰਮਤੀ ਕਵੀ ਦੇ ਤਾਰਾ ਦੇ ਮੋਢੀ ਸਨ ਨੈਕਸਟ ਕੁਐਸਚਨ ਕੱਲੀਆਂ ਦਾ ਬਾਦਸ਼ਾਹ ਕਿਸ ਗਾਇਕ ਨੂੰ ਕਿਹਾ ਜਾਂਦਾ ਹੈ ਤਾਂ ਕੱਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਜੀ ਗੁਲਦੀਪ ਸਿੰਘ ਮਾਨਕ ਨੂੰ ਸੌਰੀ ਗੁਲਦੀਪ ਸਿੰਘ ਮਾਨਕ ਨੈਕਸਟ ਕੁਐਸਚਨ ਸੂਫੀ ਕਵੀ ਤਾਰਾ ਦਾ ਮੁਢਲਾ ਕਵੀ ਕੌਣ ਸੀ ਸੂਫੀ ਕਵੀ ਤੁਹਾਨੂੰ ਪਤਾ ਹੀ ਹੈ ਬਾਬਾ ਫਰੀਦ ਜੀ ਠੀਕ ਹੈ ਇਹ ਵੀ ਇਹਦਾ ਸਹੀ ਆਨਸਰ ਹੋ ਜਾਏਗਾ ਅਗਲਾ ਕੁਐਸਚਨ ਪੰਜਾਬੀ ਭਾਸ਼ਾ ਦਾ ਆਧਿਕ ਕਵੀ ਕਿਸ ਨੂੰ ਮੰਨਿਆ ਗਿਆ ਹੈ ਪੰਜਾਬੀ ਭਾਸ਼ਾ ਦਾ ਆਧਿਕ ਕਵੀ ਮੰਨਿਆ ਗਿਆ ਹੈ ਜੀ ਗੋਰਖਨਾਥ ਨੂੰ ਆ ਜੀ ਸਸੈਂ ਦਾ கரੈਕਟ ਆਨਸਰ ਹੋ ਜਾਏਗਾ ਗੋਰਖਨਾਥ ਨੈਕਸਟ ਕੁਐਸਚਨ ਦਾ ਮਦਰ ਕਵੀ ਕਿਸ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ਤਾਂ ਮੈਂ ਪਹਿਲਾਂ ਅੱਗੇ ਵੀ ਦੱਸ ਚੁੱਕਿਆ ਕਿ ਅਕਬਰ ਦੇ ਸਮੇਂ ਇਹ ਸੀਗਾ ਤਾਂ ਅਕਬਰ ਦਾ ਸਮਕਾਲੀ ਹੋਏਗਾ ਨੈਕਸਟ ਕੁਐਸਚਨ ਲੈਨੇ ਪੰਜਾਬੀ ਕਵੀ ਤਾਰਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਪੰਜਾਬੀ ਕਵੀ ਤਾਰਾ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ ਇਹディੰਦਾ ਕੋਰੈਕਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਪੰਜਾਬੀ ਸਾਹਿਦ ਦਾ ਸੁਨਹਿਰੀ ਯੁੱਗ ਕਿਹੜੇ ਕਾਲ ਨੂੰ ਕਿਹਾ ਜਾਂਦਾ ਹੈ ਪੰਜਾਬੀ ਸਾਹਿਦ ਦਾ ਜਿਹੜਾ ਸੁਨਹਿਰੀ ਯੁੱਗ ਹੈ ਉਹ ਹੈ ਮੁਗਲ ਕਾਲ ਕਿਉਂਕਿ ਜਿਹੜਾ ਪੰਜਾਬੀ ਜਿਹੜਾ ਸਾਹਿਤ ਹੈ ਨਾ ਉਹ ਮੁਗਲ ਕਾਲ ਵਿੱਚ ਵਿਧਿਆ ਫੁੱਲਿਆ ਸੀਗਾ ਤਾਂ ਮੁਗਲ ਕਾਲ ਪੰਜਾਬੀ ਸਾਇਦਾ ਸੁਨੇਰੀ ਯੁੱਗ ਯਾ ਕਾਲ ਕਹਾ ਜਾਂਦਾ ਹੈ ਨੈਕਸਟ ਕੁਐਸਚਨ ਆਧੁਨਿਕ ਪੰਜਾਬੀ ਸਾਇਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਜੀ ਨੂੰ ਤੇ ਭਾਈ ਵੀਰ ਸਿੰਘ ਜੀ ਆ ਬੈਠੇ ਐਸ ਸ ਮਤਲਬ ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਸਾਇਦਾ ਪਿਤਾਮਾ ਕਿਹਾ ਜਾਂਦਾ ਨੈਕਸਟ ਕੁਐਸਚਨ ਪੰਜਾਬ ਦੀ ਆਵਾਜ਼ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਤਾਂ ਆ ਹੈ ਜੀ ਅਮਰਤਾ ਪ੍ਰੀਤਮ ਆ ਕਵੀ ਨਹੀਂ ਹੈ ਕਵਿਤਰੀ ਹੈ ਜੀ ਕਵਿਤਰੀ ਅਮ੍ਰਿਤਾ ਪ੍ਰੀਤਮ ਠੀਕ ਜੀ ਨੈਕਸਟ ਕੁਐਸਚਨ ਬੇਰਾ ਦਾ ਕਵੀ ਬਿਰਾ ਸੋਰੀ ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਠੀਕ ਜੀ ਸ਼ਿਵ ਕੁਮਾਰ ਬਟਾਲਵੀ ਨੈਕਸਟ ਕੁਐਸਚਨ ਲੈ ਲઈએ ਸਭ ਤੋਂ ਖਤਰਨਾਕ ਕਿਹੜੇ ਕਵੀ ਦੀ ਰਚਨਾ ਹੈ ਮਤਲਬ ਜਿਹੜੀ ਆ ਸਭ ਤੋਂ ਖਤਰਨਾਕ ਇੱਕ ਰਚਨਾ ਹੈ ਆ ਕਿਹੜੇ ਕਵੀ ਦੀ ਹੈ ਆ ਜੀ ਅਵਤਾਰ ਸਿੰਘ ਪਾਸਦੀ ਅਵਤਾਰ ਸਿੰਘ ਪਾਸਦੀ ਜਿਹੜੀ ਰਚਨਾ ਹੈ ਸਭ ਤੋਂ ਖਤਰਨਾਕ ਨੈਕਸਟ ਕੁਐਸਚਨ ਸਿੱਖ ਰਾਜ ਕਾਲ ਦਾ ਸਭ ਤੋਂ ਪ੍ਰਸਿੱਧ ਕਿੱਸਾਕਾਰ ਕੌਣ ਸੀਗਾ ਹਾਸ਼ਮ ਹਾਸ਼ਮ ਸਿੱਖ ਰਾਜ ਕਾਲ ਦਾ ਸਭ ਤੋਂ ਪ੍ਰਸਿੱਧ ਕਿੱਸਾਕਾਰ ਸੀਗਾ ਤੇ ਨੈਕਸਟ ਕੁਐਸਚਨ ਇਹ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਸਭ ਤੋਂ ਪਹਿਲਾਂ ਲਿਖਣ ਦਾ ਮਾਰ ਕਿ ਸਨੋਂ ਹਾਸਲ ਹੋਇਆ ਹੈ ਤਾਂ ਆ ਹੋਇਆ ਜੀ ਡਾਕਟਰ ਮੋਹਨ ਸਿੰਘ ਦਿਵਾਨਾਂ ਨੂੰ ਸਹੀ ਦਾ करेक्ट ਆਂਸਰ ਹੋ ਜਾਏਗਾ ਨੈਕਸਟ ਕੁਐਸਚਨ ਅਮ੍ਰਿਤਾ ਪ੍ਰੀਤਮ ਨੂੰ ਕਿਹੜੀ ਰਚਨਾ ਲਈ ਭਾਰਤੀ ਸਾਹਿਤਕ ਅਕਾਦਮਿਕ ਪੁਰਸਕਾਰ ਦਿੱਤਾ ਗਿਆ ਤਾਂ ਉਹ ਹੈ ਜੀ ਸੁਨੇੜੇ ਸੁਨੇੜੇ ਇਹਨਾਂ ਦੀ ਇੱਕ ਪ੍ਰਸਿੱਧ ਰਚਨਾ ਹੈ ਜਿਸ ਲਈ ਇਹਨਾਂ ਨੂੰ ਸਾਹਿਤਕ ਅਕਾਦਮਿਕ ਪੁਰਸਕਾਰ ਦਿੱਤਾ ਗਿਆ ਸੀ ਨੈਕਸਟ ਕੁਐਸਚਨ ਇਹਨੇ ਪੰਜਾਬੀ ਸਾਇਦ ਦਾ ਜੋਨ ਕਿਡਸ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਤਾਂ ਉਹ ਹੈ ਜੀ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਨੈਕਸਟ ਕੁਐਸਚਨ ਰੁਮਾਸਵਾਦੀ ਚੁਗਾ ਦੀ ਕਵਿਤਾ ਦਾ ਮੋਢੀ ਕਵੀ ਕੌਣ ਸੀਗਾ ਪ੍ਰੋਫੈਸਰ ਪੂਰਨ ਸਿੰਘ ਇਸ ਦਾ ਅ ਜਿਹੜਾ ਉਹ கரੈਕਟ ਆਨਸਰ ਹੋ ਜਾਵੇਗਾ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਰੁਮਾਂਸਵਾਦੀ ਚੁਕਾਦੀ ਕਵਿਤਾ ਦਾ ਮੋਢੀ ਕਵੀ ਕੌਣ ਸੀ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੈਗਾ ਉਹ ਹੈਗਾ ਜੀ অপਸ਼ਨ ਨੰਬਰ ਐਡਾ ਪ੍ਰੋਫੈਸਰ ਪੂਰਨ ਸਿੰਘ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਜੁੰਝਾਰਵਾਦੀ ਕਵਿਤਾ ਲਿਖਣ ਵਾਲਾ ਸਭ ਤੋਂ ਪ੍ਰਸਿੱਧ ਕਵੀ ਕਿਹੜਾ ਹੈ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੈਗਾ ਉਹ ਹੈਗਾ ਜੀ অপਸ਼ਨ ਨੰਬਰ ਈਡੀ ਅਵਤਾਰ ਸਿੰਘ ਪਾਸ ਨੈਕਸਟ ਕੁਐਸ਼ਨ ਵੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈਗਾ ਜੀ ਪਾਈ ਵੀਰ ਸਿੰਘ ਨੂੰ ਕਿਹੜੀ ਰਚਨਾ ਲਈ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਇਹਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਉਹ ਹੋ ਜਾਏਗਾ ਜੀ অপਸ਼ਨ ਨੰਬਰ ਸ ਮੇਰੇ ਸਾਇਆ ਜੀਓ ਨੈਕਸਟ ਕੁਐਸ਼ਨ ਵੇਖਦੇ ਹਾਂ ਆਪਣਾ ਨੈਕਸਟ ਕੁਐਸ਼ਨ ਹੈਗਾ ਜੀ ਪ੍ਰੋਫੈਸਰ ਪੂਰਨ ਸਿੰਘ ਕਿਹੜੀ ਭਾਸ਼ਾ ਦੇ ਕਵੀ ਸਨ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਨਸਰ ਹੈਗਾ ਜੀ ਉਹ ਹੈਗਾ ਜੀ অপਸ਼ਨ ਨੰਬਰ ਸ ਉਪਰੋਕਤ ਸਾਰੇ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੈਕਸਟ ਕੁਸ਼ਣ ਵੇਖਦੇ ਹਾਂ ਆਪਣਾ ਨੈਕਸਟ ਕੁਸ਼ਣ ਹੈਗਾ ਜੀ ਮੁਕਤ ছন্দ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਕੌਣ ਸੀ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਨਸਰ ਹੈਗਾ ਜੀ ਉਹ ਹੈਗਾ ਜੀ অপਸ਼ਨ ਨੰਬਰ ਊੜਾ ਪ੍ਰੋਫੈਸਰ ਪੂਰਨ ਸਿੰਘ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਪੰਜਾਬੀ ਪਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੈਗਾ ਜੀ ਉਹ ਹੈਗਾ ਜੀ অপਸ਼ਨ ਨੰਬਰ ਈਡੀ ਗੁਰਮukh ਸਿੰਘ ਮੁਸਾਫਰ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਪੰਜਾਬੀ ਪੱਤਰਕਾਰੀ ਦਾ ਮੋਢੀ ਕਿਸ ਨੂੰ ਮੰਨਿਆ ਗਿਆ ਹੈ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੈਗਾ ਜੀ ਉਹ ਹੈਗਾ ਜੀ অপਸ਼ਨ ਨੰਬਰ ਏਡੀ ਪ੍ਰੋਫੈਸਰ ਗੁਰਮੁਖ ਸਿੰਘ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਗੀਤਾਂ ਦਾ ਬਾਦਸ਼ਾਹ ਕਿਹੜੇ ਕਵੀ ਨੂੰ ਕਿਹਾ ਗਿਆ ਹੈ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੈਗਾ ਜੀ ਉਹ ਹੈਗਾ ਜੀ ਹੂੜਾ ਨੰਦ ਲਾਲ ਨੂਰਪੁਰੀ ਨੈਕਸਟ ਕੁਐਸਚਨ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਕਿੱਸਾ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਹੈ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ ਐੜਾ ਅਰਬੀ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਕਿੱਸਾ ਸ਼ਬਦ ਨੈਕਸਟ ਕੁਐਸਚਨ ਵੇਖਦੇ ਹਾਂ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਪੰਜਾਬੀ ਕਿੱਸਾ ਕਾਵਦੀ ਕਿਹੜੀ ਸਦੀ ਨੂੰ ਸੁਨਹਿਰੀ ਕਾਲ ਕਿਹਾ ਗਿਆ ਹੈ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ ਜੀ অপਸ਼ਨ ਨੰਬਰ ਇਹੜਾ 18ਵੀਂ ਸਦੀ ਨੈਕਸਟ ਕੁਐਸਚਨ ਵੇਖਦੇ ਹਾਂ ਜੀ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਪੰਜਾਬੀ ਕਿੱਸਾ ਕਾਵ ਧਾਰਾ ਵਿੱਚ ਕਿਹੜਾ ਕਿੱਸਾ ਸਭ ਤੋਂ ਵੱਧ ਲਿਖਿਆ ਗਿਆ ਹੈ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਜੀ ਉਹ ਹੋ ਜਾਏਗਾ ਜੀ অপਸ਼ਨ ਨੰਬਰ ਸ ਹੀਰ ਰਾਂਝਾ ਜੇਕਰ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨੈਕਸਟ ਵੀਡੀਓ 'ਚ ਤਦ ਤੱਕ ਲਈ ਟੇਕ ਕੇਅਰ